काशिफ, और आप देख रहे हैं मेरा YouTube चैनल काशिफ परदेसी व्लॉग्स एंड इन्फॉर्मेशन। तो व्यूअर्स, ये वीडियो आज खास बच्चों के लिए है, उम्मीद है कि बच्चों को पसंद आएगी। रोटी कैसे पकाई? रोटी कहंदा मां बाप दे घर राजी किवें हुंदा? बढ़िया छलांगा ला के पहलवानी करदा, दुध पी के वर्दश है पहलवानी। कबड्डी किवें खेलदा मेले ते? कबड्डी है क्या होना? बाजियां बच्चियां नु दबा रहे ने, सैंडल जूती लेने जा रहे। कैसे क्लैपिंग करो, ताली लगा दो। ਹਾਂਜੀ, ਕੀ ਨਾਮ ਹੈ ਤੁਹਾਡਾ? ਸ਼ਮਸ਼ੇਰ ਅਲੀ। ਸ਼ਮਸ਼ੇਰ, ਕਿੰਨੇ ਅਰਸੇ ਤੋਂ ਕਰਦੇ ਪਏ ਹੋ ਬਾਂਦਰੀ ਦਾ ਤਮਾਸ਼ਾ? ਇਹ ਬਹੁਤ ਅਰਸੇ। ਕਿੰਨੇ ਕੁ ਸਾਲਾਂ ਤੋਂ? ਕਮ ਸੇ ਕਮ ਜਦੋਂ ਦੇ ਜਵਾਨ ਹੋਏ ਕਰ, ਬਚਪਨ ਤੋਂ ਯਹੀ ਕਰ। ਅਤੇ ਉਦੋਂ ਦੀ ਇਹੀ ਬਾਂਦਰੀ ਆ? ਬਾਂਦਰੀਆਂ ਬਦਲਦੀਆਂ ਰਹਿੰਦੀਆਂ? ਬਦਲਦੀਆਂ ਰਹਿੰਦੀਆਂ। ਅੱਛਾ, ਕਿਹੜੀ ਜਗ੍ਹਾ 'ਤੇ ਕਿੱਥੇ ਰਹਿੰਦੇ ਹੋ ਤੁਸੀਂ? ਅਸੀਂ ਹੜੱਪੇ ਰਹਿੰਦੇ ਜੀ। ਅਤੇ ਹੜੱਪੇ ਤੋਂ ਰੋਜ਼ ਆਉਂਦੇ ਉੱਥੇ ਤਮਾਸ਼ਾ ਕਰਨ? ਨਹੀਂ, ਇੱਥੇ ਵੀ ਬੈਠੇ ਰਹੀ ਦਾ ਆ ਜੀ, ਇਹਦੇ 'ਚ ਝੁੱਗੀਆਂ ਛੁੱਗੀਆਂ ਲਾ ਕੇ। ਅਤੇ ਇਹਦਾ ਤਮਾਸ਼ੇ 'ਚੋਂ ਗੁਜ਼ਾਰਾ ਹੋ ਜਾਂਦਾ? ਪੈਸੇ ਮਿਲ ਜਾਂਦੇ? ਇਹਨੇ ਘਰ ਬਾਰ ਚੱਲ ਜਾਂਦਾ? ਮੈਂ ਸ਼ੁਕਰ ਹੈ, ਇੱਥੇ ਲੰਗਰ ਪਾਣੀ ਲੱਭ ਜਾਂਦਾ ਮਾੜਾ ਮੋਟਾ। ਅਤੇ ਸ਼ਾਦੀ ਹੋਈ ਹੈ? ਕਿੰਨੇ ਬੱਚੇ? ਚਾਰ ਬੱਚੇ ਨੇ। ਅਤੇ ਚਾਰ ਬੱਚਿਆਂ ਦਾ ਗੁਜ਼ਾਰਾ ਹੋ ਜਾਂਦਾ ਇਹਦੇ ਵਿੱਚ? ਬਸ ਸ਼ੁਕਰ, ਆਟਾ ਉਟਾ ਮਿਲ ਗਿਆ, ਰੋਜ਼ੀ ਪਾਣੀ ਲੱਭ ਗਿਆ। ਅਤੇ ਇਹਨੂੰ ਵੀ ਬੱਚਿਆਂ ਦਾ ਨਹੀਂ ਰੱਖਦੇ ਹੋ ਕਿ ਇਹ ਵਿਚਾਰੀ ਨੂੰ ਇਕੱਲੀ ਬਾਂਦਰੀ ਦੇ ਤੌਰ 'ਤੇ ਰੱਖਿਆ? ਇਹਨੂੰ ਖਿਲਾਉਂਦੇ ਪਿਲਾਉਂਦੇ ਹੀ ਹੋ ਨਾ? ਪਿਲਾਉਂਦੇ ਬਹੁਤ, ਕੇਲੇ ਸੇਬ ਜਿਹੜੀ ਲੱਭ ਗਈ ਸ਼ਾਇ, ਬਾਹਰੋਂ ਵੀ ਪਾ ਦਿੱਤੀ, ਘਰ ਵੀ ਰੋਟੀ ਪਾਣੀ ਦੁੱਧ ਸ਼ੁੱਧ ਪਾ ਲਈ। ਚਲੋ, ਮਤਲਬ ਖਾਂਦੀ ਪੀਂਦੀ ਖੁੱਲ੍ਹ ਗਏ ਆ ਨਾ, ਜ਼ਾਹਰ ਤੁਹਾਡਾ ਰਿਜ਼ਕ ਸਾਰਾ ਇਹੀ ਕਮਾ ਕੇ ਦੇਣ ਡੇ? ਬੱਚਿਆਂ ਨਾਲ ਇਹਨਾਂ ਨੂੰ, ਬੱਚਿਆਂ ਤਰ੍ਹਾਂ ਇਹਨਾਂ ਨੂੰ ਪਿਆਰ ਮੁਹੱਬਤ ਰੱਖਣੇ। ਅਤੇ ਸਰਦੀ ਗਰਮੀ 'ਚ ਇਹਨੂੰ ਕੱਪੜੇ ਛੱਪੜੇ ਨਹੀਂ ਪਵਾਉਂਦੇ? ਪਵਾਉਂਦੇ ਆ, ਉਹ ਘਰ ਫਿਰ ਸਵੇਰੇ ਕੱਪੜੇ ਪਾੜ ਦਿੰਦੇ ਨੇ। ਇਹ ਬਾਂਦਰ ਹੈ ਨਾ, ਬਾਂਦਰੀ ਹੋਵੇ ਤਾਂ ਉਹ ਕੱਪੜੇ ਪਾਉਂਦੀ ਹੈ, ਅਤੇ ਬਾਂਦਰ ਇਸ ਨੂੰ ਬਸ ਸ਼ਾਮ ਨੂੰ ਕੋਟ ਸ਼ੋਟ ਥੱਲੇ ਪਰਾਲੀ, ਐਵੇਂ ਗੁਜ਼ਾਰਾ ਇਹਦਾ ਚੱਲ ਜਾਂਦਾ ਵੀ। ਚਲੋ ਚਲੋ, ਬਸ ਠੀਕ ਹੈ, ਚਲੋ ਸ਼ੁਕਰੀਆ। Please like, share and subscribe my channel.